टुडे पंजाब न्यूज़ दीया खास खास खबरों ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਮੈਂ ਹਾਂ ਤਰਸੀਮ ਸਿੰਘ ਮਠਾੜੂ ਤੇ ਗੱਲ ਕਰਦੇ ਆਂ ਅੱਜ ਦੀਆਂ ਵੱਡੀਆਂ ਖਬਰਾਂ ਦੇ ਉਸ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਚੋਣਵੀਆਂ ਖਬਰਾਂ ਤੇ ਪਹਿਲੀ ਚੋਣਵੀਂ ਖਬਰ ਹੈ ਕਿ ਹੁਣ ਭਾਰਤੀ ਨਾਗਰਿਕ 15 ਦਿਨਾਂ ਲਈ ਬਿਨੈ ਵੀਜ਼ੇ ਤੋਂ ਜਾ ਸਕਣਗੇ ਈਰਾਨ ਲਾਗੂ ਹੋਣਗੀਆਂ ਇਹ ਸ਼ਰਤਾਂ ਵੱਡੀ ਰਾਹਤ ਫਾਇਰਮੈਨ ਦੇ ਭਾਰਤੀ ਲਈ ਬਦਲੇ ਜਾਣ ਕੇ ਨਿਜਮ ਟੈਸਟ ਵਿੱਚ 60 ਕਿਲੋ ਦਾ ਭਾਰ ਚੁੱਕਣ ਵਾਲੀ ਸ਼ਰਤ ਹੋਵੇਗੀ ਖਤਮ ਪੰਜਾਬ ਵਾਰੀਅਰਜ਼ ਦੇ ਖਿਡਾਰੀ ਤੇ ਕੁੜੀ ਨੇ ਲਾਇਆ ਜਿਨਸੀ ਸ਼ੋਸ਼ਣ ਦਾ ਦੋਸ਼ ਐਫ ਆਈ ਆਰ ਤਰਜ ਨਾ ਵਿਆਹੀ ਜੋੜੀ ਨੂੰ ਅਨੰਦ ਕਾਜ ਤੋਂ 5 ਮਿੰਟ ਬਾਅਦ ਹੀ ਮਿਲਿਆ ਵਿਆਹ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਕਿਸਾਨਾਂ ਲਈ ਰਾਹਤ ਪਰਿਖਬਰ ਮੀ ਗੜੇ ਮੈਦਾਨ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਦੇਵੇਗੀ ਮਾਨ ਸਰਕਾਰ ਐਮ ਪੀ ਦੇ ਹਰਦਾਚਾ ਪਟਾਕਾ ਫੈਕਟਰੀ 'ਚ ਲੱਗੀ ਅੱਗ 12 ਦੀ ਮੌਤ 200 ਤੋਂ ਵੱਧ ਜਕਵੀ रेल मंत्री ने ਦਿੱਤਾ ਵੱਡਾ ਤੋਹਫਾ ਹੁਣ ਰੇਲਵੇ ਚ ਸਾਲ ਚ ਚਾਰ ਵਾਰ ਨੌਕਰੀਆਂ ਲਈ ਨੋਟੀਫਿਕੇਸ਼ਨ ਕੀਤੇ ਜਾਣਗੇ ਜਾਰੀ ਕਿਸਾਨਾਂ ਨੂੰ ਲੱਗ ਸਕਦਾ ਵੱਡਾ ਝਟਕਾ ਹੁਣ ਇਹ ਸ਼ਰਤ ਪੂਰੀ ਕਰਨ ਤੇ ਹੀ ਮਿਲਣਗੇ 2000 ਰੁਪਏ ਪੰਜਾਬ ਚ ਮੁਰਸ ਸਸਤਾ ਹੋਇਆ ਤੇਲ ਅਰਵਿੰਦ ਕੇਜਰੀਵਾਲੂ ਵੱਟੀ ਰਾਹਤ ਕੋਰ ਨੇ 7 ਸਾਲ ਪੁਰਾਣੇ ਮਾਮਲੇ ਚ ਸ੍ਰਮਣ ਰੱਦ ਕਰਦੇ ਦਿੱਤੇ ਹੁਕਮ ਤਾ ਦੋਸਤੋ ਇਸ ਦਿਨ ਆਪਣੀ ਐਸਵੇਰੇ ਦੀਆਂ ਚੌੜੀਆਂ ਖਬਰਾਂ ਹੁਣ ਗੱਲ ਕਰਦੇ ਨ ਖਬਰਾਂ ਦੀ ਦਸਤਾਰ ਨਾਲ ਕਿਰਪਾ ਕਰਕੇ ਜਿਨ੍ਹਾਂ ਦੋਸਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰਕੇ ਘਾਟੀ ਦਾ ਬਟਨ ਜ਼ਰੂਰ ਦਬਲਾ ਤਾਂ ਜੋ ਜੜੀਆਂ ਅਸੀਂ ਨਵੀਆਂ ਖਬਰਾਂ ਪਾਵਾਂ ਤੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾ ਕਰੂਗੀ ਪਹਿਲੀ ਖਬਰ ਦੀ ਗੱਲ ਕਰਦੇ ਹਾਂ ਹੁਣ ਭਾਰਤੀ ਨਾਗਰਿਕ 15 ਦਿਨਾਂ ਲਈ ਬਿਨਾ ਵੀਜ਼ੇ ਤੋਂ ਜਾ ਸਕਣਗੇ ਈਰਾਨ ਲਾਗੂ ਹੋਣਗੀਆਂ ਇਹ ਸ਼ਰਤਾਂ ਈਰਾਨ ਨੇ ਵੀਜ਼ਾ ਸ਼ਰਤਾਂ ਵਿੱਚ ਬਦਲਾਅ ਕਰਕੇ ਭਾਰਤੀ ਨਾਗਰਿਕਾਂ ਲਈ ਵੀਜ਼ਾ ਸਹੂਲਤ ਖਾਤਮ ਕਰੰਦਾ ਐਲਾਨ ਕੀਤਾ ਇਸ ਦਾ ਮਤਲਬ ਹੈ ਕਿ ਭਾਰਤੀ ਨਾਗਰਿਕ ਹੁਣ ਸਿਰਫ ਪਾਸਪੋਰਟ ਨਾਲ ਈਰਾਨ ਵਿੱਚ ਜਾ ਸਕਦੇ ਨੇ ਪਰ ਇਸ ਹੁਣ ਤੇ ਸਿਰਫ ਸੈਰ ਸਪਟੇ ਲਈ ਈਰਾਨ ਜਾਣ ਵਾਲਿਆਂ ਨੂੰ ਹੀ ਦਿੱਤੀ ਜਾਵੇਗੀ ਈਰਾਨ ਨੇ ਐਲਾਨ ਕੀਤਾ ਕਿ ਭਾਰਤ ਦੇ ਨਾਗਰਿਕਾਂ ਲਈ ਵੀਜ਼ਾ ਲੋੜਾਂ ਨੂੰ 4 ਫਰਵਰੀ 2024 ਤੋਂ ਸ਼ਰਤਾਂ ਦੇ ਅਧੀਨ ਖਤਮ ਕਰ ਦਿੱਤਾ ਜਾਵੇਗਾ ਸਧਾਰਨ ਪਾਸਪੋਰਟ ਰੱਖਣ ਵਾਲੇ ਵਿਅਕਤੀਆਂ ਨੂੰ ਹਰ 6 ਮਹੀਨਿਆਂ ਵਿੱਚ ਇੱਕ ਵਾਰ ਬਿਨਾ ਵੀਜ਼ੇ ਤੋਂ ਦੇਸ਼ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਿਸ ਤਹਿਤ ਉਹ 15 ਦਿਨ ਉੱਥੇ ਰਹਿ ਸਕਾਂਗੇ ਉੱਥੇ ਹੀ ਇਹ ਧਿਆਨ ਰੱਖਣਾ ਵੀ ਜ਼ਰੂਰੀ ਹੈ ਕਿ 15 ਦਿਨਾਂ ਦੀ ਮਿਆਦ ਨੂੰ ਵਧਾਇਆ ਨਹੀਂ ਜਾ ਸਕਦਾ ਵੀਜ਼ਾ ਛੋੜ ਦੀ سہولت ਸਿਰਫ ਸੈਰ ਸਪਟੇ ਦੇ ਉਦੇਸ਼ਾਂ ਲਈ ਈਰਾਨ ਦੇ ਇਸਲਾਮੀ ਗਣਰਾਜ ਵਿੱਚ ਦਾਖਲ ਹੋਣ ਵਾਲੇ ਵਿਅਕਤੀਆਂ ਤੇ ਲਾਗੂ ਹੋਵੇਗੀ ਜੇਕਰ ਭਾਰਤੀ ਨਾਗਰਿਕ ਲੰਬੇ ਸਮੇਂ ਲਈ ਰਹਿਣਾ ਚਾਹੁੰਦੇ ਜਾਂ 6 ਮਹੀਨਿਆਂ ਦੀ ਮਿਆਦ ਦੇ ਅੰਦਰ ਕਈ ਐਂਟਰੀਆਂ ਕਰਨਾ ਚਾਹੁੰਦੇ ਜਾਂ ਹੋਰ ਕਿਸਮ ਦੇ ਵੀਜ਼ਾ ਦੀ ਲੋੜ ਹੁੰਦੀ ਹੈ ਤਾਂ ਉਹਨਾਂ ਨੂੰ ਭਾਰਤ ਵਿੱਚ ਇਸਲਾਮੀ ਰਿਪਬਲਿਕ ਆਫ ਈਰਾਨ ਦੇ ਸਬੰਧਤ ਨੁਮਾਇੰਦੇ ਦੁਆਰਾ ਲੋੜੀਦਾ ਵੀਜ਼ਾ ਪ੍ਰਾਪਤ ਕਰਨਾ ਹੋਵੇਗਾ ਅਗਲੀ ਖਬਰ ਦੀ ਗੱਲ ਕਰਦੇ ਆ ਫਾਇਰਮੈਨ ਦੀ ਪਾਰਟੀ ਲਈ ਬਦਲੇ ਜਾਣਗੇ ਨਿਜਮ ਟੈਸਟ 'ਚ 60 ਕਿਲੋ ਦਾ ਭਾਰ ਚੁੱਕਣ ਵਾਲੀ ਸ਼ਰਤ ਹੋਵੇਗੀ ਖਤਮ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਡੇਰਾ ਬਸੀ ਤੋਂ ਆਪ ਦੀ ਸਰਕਾਰ ਤੁਹਾਡੇ ਦਵਾਰ ਮਹਿੰਮ ਦਾ ਆਗਾਜ਼ ਕੀਤਾ ਇਸ ਦੌਰਾਨ ਉਹਨਾਂ ਕਈ ਵਾਡੇ ਐਲਾਨ ਕੀਤੇ ਉਹਨਾਂ ਨੌਜਵਾਨਾਂ ਨੂੰ ਉਹ ਵੱਡੀ ਰਾਹਤ ਦਿੰਦੇ ਮੈਂ ਕਿਹਾ ਕਿ ਫਾਇਰਮੈਨ ਦੀ ਭਾਰਤੀ ਲਈ ਨਿਯਮ ਬਦਲ ਦਿੱਤੇ ਗਏ ਨੇ ਉਹਨਾਂ ਕਿਹਾ ਕਿ ਟੈਸਟ ਵਿੱਚ 60 ਕਿਲੋ ਦਾ ਭਾਰ ਚੁੱਕਣ ਵਾਲੀ ਸ਼ਰਤ ਤੱਕ ਖਤਮ ਕਰ ਦਿੱਤੀ ਜਾਵੇਗੀ ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਚ ਹਰ ਕਿਸਮ ਦੀ ਰਜਿਸਟਰੀ ਬਿਨਾ ਐਨਓਸੀ ਦੇ ਹੋਵੇਗੀ ਪੰਜਾਬ ਵਾਰੀਅਰਜ਼ ਦੇ ਖਿਡਾਰੀ ਦੇ ਕੁੜੀ ਨੇ ਲਾਇਆ ਜਨਸੀ ਸ਼ੋਸ਼ਣ ਦਾ ਦੋਸ਼ ਐਫ ਆਈ ਆਰ ਦਾਜ ਦੇਸ਼ ਦੀਆਂ ਧੀਆਂ ਤੇ ਔਰਤਾਂਵਰਧ ਹਿੰਸਾ ਹਾਰਾ ਗੁਜੇ ਦੇ ਦਿਨ ਦੇ ਨਾਲ ਵਾਦੀ ਜਾ ਰਹੀ ਜੋ ਖਾਸ ਕਰਕੇ ਪੰਜਾਬ ਦਿੱਲੀ ਅਤੇ ਹਰਿਆਣਾ ਵਿੱਚ ਗੰਭੀਰ ਤੇ ਡੂੰਗਾ ਚਿੰਤਾਜਨਕ ਮੁੱਦਾ ਬਣ ਗਿਆ ਹੈ ਹਾਲ ਹੀ ਵਿੱਚ ਪਿਆਨ ਕਤੇ ਦੁਖਦਾਈ ਮਾਮਲੇ ਚ ਹਾਕੀ ਖਿਡਾਰੀ ਵਰਣ ਕੁਮਾਰ ਤੇ ਬੰਗਲੌਰੂ ਚ ਇੱਕ ਕੁੜੀ ਨਾਲ ਜਿੰਸੀ ਸ਼ੋਸ਼ਣ ਦਾ ਦੋਸ਼ ਲੱਗਾ ਹੈ ਸ਼ਿਕਾਇਤ ਦਾਇਰ ਕਰਵਾਉਂਦੇ ਹੋਏ 22 ਸਾਲਾ ਕੁੜੀ ਨੇ ਦਾਵਾ ਕੀਤਾ ਕਿ ਵਰਣ ਕੁਮਾਰ ਨੇ ਵਿਆਹ ਦਾ ਵਾਅਦਾ ਕਰਕੇ ਪਿਛਲੇ 5 ਸਾਲਾਂ ਦੌਰਾਨ ਕਈ ਵਾਰ ਉਸ ਦਾ ਜਿੰਸੀ ਸ਼ੋਸ਼ਣ ਕੀਤਾ ਹੈ ਬੰਗਲੌਰੂ ਦੀ ਰਹਿਣ ਵਾਲੀ ਕੁੜੀ ਨੇ ਅੱਗੇ ਦੱਸਿਆ ਕਿ ਜਦੋਂ ਉਹ 17 ਸਾਲ ਦੀ ਸੀ ਤਾਂ ਵਰਣ ਨੂੰ ਮਿਲੀ ਸੀ ਅਤੇ 2019 ਵਿੱਚ ਇੰਸਟਾਗ੍ਰਾਮ ਤੇ ਉਸ ਨਾਲ ਜੁੜੀ ਸੀ ਕੁੜੀ ਦਾ ਦੋਸ਼ ਹੈ ਕਿ ਹਾਕੀ ਮੈਚਾਂ ਲਈ ਬੰਗਲੌਰੂ ਦੇ ਸਾਇੰਸ ਸਟੇਡੀਅਮ 'ਚ ਜਾਨਸਮੇ ਵਰਣ ਕੁਮਾਰ ਉਸ ਨਾਲ ਜਿੰਸੀ ਗਤੀਵਿਧੀਆਂ ਕਰਦਾ ਸੀ ਕੁੜੀ ਦੀ ਸ਼ਿਕਾਇਤ 'ਤੇ ਖਿਡਾਰੀ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ ਹੈ ਤੇ ਭਾਰਤੀ ਹਾਕੀ ਖਿਡਾਰੀ ਵਰਣ ਕੁਮਾਰ ਦੇ ਖਿਲਾਫ ਜਿੰਸੀ ਅਪਰਾਧ ਤੋਂ ਬੱਚਿਆਂ ਦੀ ਸੁਰੱਖਿਆ ਪੋਕਸੋ ਦਾ ਮਾਮਲਾ ਦਰਜ ਕੀਤਾ ਗਿਆ ਹੈ ਵਰਣ ਕੁਮਾਰ ਕੌਣ ਹੈ ਵਰਣ ਕੁਮਾਰ ਇੱਕ ਭਾਰਤੀ ਫੀਲਡ ਹਾਕੀ ਖਿਡਾਰੀ ਹੈ ਜੋ ਹਾਕੀ ਇੰਡੀਆ ਲੀਗ ਅਤੇ ਭਾਰਤੀ ਰਾਸ਼ਟਰੀ ਟੀਮ ਵਿੱਚ ਪੰਜਾਬ ਵਾਰੀਅਰਜ਼ ਲਈ ਇੱਕ ਡਿਫੈਂਡਰ ਵਜੋਂ ਖੇਡਦਾ ਹੈ ਪੰਜਾਬ 'ਚ ਜਨਮਿਆ ਵਰਣ ਕੁਮਾਰ ਹਿਮਾਚਲ ਦੇ ਚੰਬਾ ਜ਼ਿਲ੍ਹੇ ਦੇ ਬਲਹੌਜੀ ਨਾਲ ਸੰਬੰਧਿਤ ਹੈ ਉਸਨੇ ਹਾਕੀ ਇੰਡੀਆ ਲੀਗ ਵਿੱਚ ਪੰਜਾਬ ਵਾਰੀਅਰ ਨਾਲ ਕਰਾਰ ਕੀਤਾ ਉਸ ਨੂੰ 2014 ਦੇ ਸੀਜ਼ਨ ਲਈ ਬਰਕਰਾਰ ਰੱਖਿਆ ਗਿਆ ਸੀ ਸੀਜ਼ਨ ਤੋਂ ਬਾਅਦ ਉਸ ਨੂੰ ਲੀਗ 2015 ਤੇ 16 ਸੀਜ਼ਨ ਲਈ 2 ਸਾਲਾਂ ਦੀ ਮਿਆਦ ਲਈ ਬਰਕਰਾਰ ਰੱਖਿਆ ਗਿਆ ਸੀ ਆਖਰਕਾਰ ਉਸਨੇ ਹੱਗਜੋ ਵਿੱਚ 2022 ਦੀਆਂ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਹੈ ਨਾਵੇਂ ਆਹੀ ਜੋੜੀ ਨੂੰ ਆਨੰਦ ਕਾਜ ਤੋਂ 5 ਮਿੰਟ ਬਾਅਦ ਹੀ ਮਿਲਿਆ ਵਿਆਹ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਉਹਨਾਂ ਦੇ ਦਰਾਂ ਉੱਤੇ ਜਾ ਕੇ ਸਰਕਾਰੀ ਸੇਵਾਵਾਂ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਆਪਦੀ ਸਰਕਾਰ ਆਪ ਦੇ ਦਰਵਾਜ਼ਾ ਮਹਿੰਮ ਨੂੰ ਉਸ ਵੇਲੇ ಅಪਾਰ ਸਫਲਤਾ ਮਿਲੀ ਜਦੋਂ ਜ਼ਿਲ੍ਹਾ ਮੋਗਾ ਦੇ ਪਿੰਡ ਸਿੰਘਾਂਵਾਲਾ ਵਿਖੇ ਲਗਾਏ ਗਏ ਕੈਂਪ ਦੌਰਾਨ ਇੱਕ ਨਵੀਂ ਵਿਆਹੀ ਜੋੜੀ ਨੂੰ ਉਹਨਾਂ ਦੇ ਆਨੰਦ ਕਾਰਜ ਤੋਂ ਮਹਿਜ 5 ਮਿੰਟ ਬਾਅਦ ਉਹਨਾਂ ਦੇ ਵਿਆਹ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ। ਇਹ ਸਰਟੀਫਿਕੇਟ ਡਿਪਟੀ ਕਮਿਸ਼ਨਰ ਕੁਲਵਰਤ ਸਿੰਘ ਨੇ ਹਲਕਾ ਮੋਗਾ ਦੇ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਦੀ ਹਾਜ਼ਰੀ ਵਿੱਚ ਨਾਮ ਵਿਅਕਤੀ ਦੀ ਜੋੜੀ ਨੂੰ ਪ੍ਰਦਾਨ ਕੀਤਾ ਇਸ ਮੌਕੇ ਜੋੜੀ ਨੂੰ ਪੰਜਾਬ ਸਰਕਾਰ ਵੱਲੋਂ ਸ਼ਗਨ ਵੀ ਪਾਇਆ ਗਿਆ ਦੱਸਣ ਜੋਗਾ ਕਿ ਕੱਲ ਆਪਦੀ ਸਰਕਾਰ ਆਪਦੇ ਦਰਮਹਿੰਤਾ ਜਿਲ੍ਹਾ ਮੋਗਾ ਵਿੱਚ 16 ਲੋਕ ਸੁਵਿਧਾ ਕੈਂਪ ਲਗਾਏਗੇ ਉਹ ਜਿੰਨਾ ਵਿੱਚ ਹਜ਼ਾਰਾਂ ਲੋਕਾਂ ਨੇ ਆਪਣੇ ਸਰਕਾਰੀ ਸਰ quan ਨਾਲ ਸੰਬੰਧ ਕੰਮ ਕਰਵਾਈ ਅਜੇਹਾ ਕੈਂਪ ਪੰਡਤ ਸਿੰਘਾ ਵਾਲਾ ਸਬ-ਡਿਵੀਜ਼ਨ ਮੋਗਾ ਵਿਖੇ ਲਗਾਇਆ ਗਿਆ ਕਿਸਾਨਾਂ ਲਈ ਰਾਹਤ ਪਰ ਖਬਰ ਮੀ ਗੜੇ ਮੈਨਾਂ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਦੇਵੇਗੀ ਸਰਕਾਰ ਜੀਹਾਂ ਦੋਸਤੋ ਪੰਜਾਬ ਦੇ ਕਿਸਾਨਾਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਮੁਤਾਬਕ ਭਾਰੀ ਮੀਂਹ ਤੇ ਗੜ੍ਹੇਮਾਰੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪਿਛਲੇ ਦਿਨੇ ਪੂਰੇ ਸੂਬੇ ਵਿੱਚ ਝੱਖੜ ਮੀਂਹ ਤੇ ਗੜ੍ਹੇਮਾਰੀ ਕਾਰਨ ਫਸਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਨੇ ਇਸ ਲਈ ਜਲਦੀ ਹੀ ਮੁਆਵਜ਼ਾ ਦਿੱਤਾ ਜਾਵੇਗਾ ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਖੇਤੀਬਾੜੀ ਮੰਤਰੀ ਖੁੱਡੀਆਂ ਲੁਧਿਆਣਾ ਦੇ ਗੁਰੂ ਨਾਨਕ ਦੇਵ ਪਵਤਚ ਇੱਕ ਕਾਨਫਰੰਸ ਨੂੰ ਸੰਬੋਧਨ ਕਰਨ ਇਸ ਦੌਰਾਨ ਉਹਨਾਂ ਕਿਹਾ ਕਿ ਪਿਛਲੇ ਸਾਲ ਨਾਲੋਂ ਇਸ ਵਾਰ ਨਹਿਰੀ ਪਾਣੀ ਜ਼ਿਆਦਾ ਕਿਸਾਨਾਂ ਦੇ ਖੇਤਾਂ ਵਿੱਚ ਪਹੁੰਚਿਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਪਹੁੰਚ ਜਾਵੇਗਾ ਉਹਨਾਂ ਕਿਹਾ ਕਿ ਕਿਸਾਨਾਂ ਦੀ ਖਰਾਬ ਹੋਈ ਫਸਲ ਨੂੰ ਲੈ ਕੇ ਵੀ ਉਹਨਾਂ ਕਿਹਾ ਕਿ ਜਲਦ ਗਰਦਾਵਰੀ ਕਰਵਾਈ ਜਾਵੇਗੀ ਅਤੇ ਕਿਸਾਨਾਂ ਦਾ ਅਤੇ ਨੁਕਸਾਨ ਦਾ ਜਾਇਜ਼ਾ ਲਿਆ ਜਾਵੇਗਾ ਉਹਨਾਂ ਕਿਹਾ ਕਿ ਨੁਕਸਾਨ ਦਾ ਪੂਰਾ ਜਾਇਜ਼ਾ ਲੈਂਡਮਾਰਕ ਨੂੰ ਹੀ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਐਮਪੀ ਦੇ ਹਰਦਾਚ ਪਟਾਕਾ ਫੈਕਟਰੀ 'ਚ ਲੱਗੀ ਅੱਗ 12 ਦੀ ਮੌਤ 200 ਤੋਂ ਵੱਧ ਜ਼ਖਮੀ ਮੱਧ ਪ੍ਰਦੇਸ਼ ਦੇ ਹਰਦਾ ਕਸਬੇ ਵਿੱਚ ਸਥਿਤ ਪਟਾਕਾ ਫੈਕਟਰੀ ਵਿੱਚ ਤੰਬਾਕੂ ਹੋਣ ਦੀ ਖਬਰ ਨਾਲ ਪੂਰਾ ਸ਼ਹਿਰ ਹਿਲ ਗਿਆ ਉੱਤੇ ਹੀ ਇਸ ਤਮਾਕੀ ਵਿੱਚ 12 ਲੋਕਾਂ ਦੀ ਮੌਤ ਅਤੇ ਫੈਕਟਰੀ ਵਿੱਚ ਮੌਜੂਦ 200 ਤੋਂ ਵੱਧ ਕਰਮਚਾਰੀ ਜ਼ਖਮੀ ਹੋ ਗਏ ਤਮਾਕੀ ਕਨ ਫੈਕਟਰੀ ਦੇ ਨੇੜੇ ਬੜੇ ਕਰੀਬ 60 ਘਰ ਵੀ ਤਬਾਹ ਹੋ ਗਏ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਵੀਡੀਓਜ਼ ਨੇ ਫੈਕਟਰੀ ਦੇ ਨੇੜੇ ਹਫੜਾ ਦਫੜੀ ਵਾਲੇ ਦ੍ਰਿਸ਼ ਨੂੰ ਕੈਪਚਰ ਕੀਤਾ ਜਿਸ ਵਿੱਚ ਅੱਗ ਦੀਆਂ ਲਪਟਾਂ ਤੇ ਤਮਾਕਾ ਹੁੰਦਾ ਦਿਖਾਇਆ ਗਿਆ ਤੇ ਲੋਕ ਆਪਣੀ ਜਾਨ ਬਚਾਉਣ ਲਈ ਭੱਜਦੇ ਨਜ਼ਰ ਆ ਰਹੇ ਨੇ ਹਰਦਾ ਦੇ ਕਲੈਕਟਰ ਰਿਸ਼ੀ ਕਰਕਨੀ ਇਸ ਦੁਖਦਾਈ ਘਟਨਾ ਦੀ ਪੁਸ਼ਟੀ ਕਰਦਿਆ ਹੋਇਆ ਕਿਹਾ ਕਿ ਬਚਾਅ ਕਾਰਜ ਜਾਰੀ ਹੈ ਜਕਮੀਆਂ ਦਾ ਜ਼ਿਲ੍ਹਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ ਤੇ ਗੰਭੀਰ ਹਾਲਾਤ 'ਚ ਲੋਕਾਂ ਨੂੰ ਅਗਲੇ ਇਲਾਜ ਲਈ ਭੋਪਾਲ ਅਤੇ ਇੰਦੌਰ ਚ ਤਬਦੀਲ ਕੀਤਾ ਜਾ ਰਿਹਾ ਹੈ। ਰੇਲਮਾਰਤੀ ਨੇ ਦਿੱਤਾ ਵੱਡਾ ਤੋਫਾ ਹੁਣ ਰੇਲਵੇ 'ਚ 4 ਸਾਲ 'ਚ ਨੌਕਰੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੇ ਜਾਣਗੇ। ਰੇਲਵੇ ਚ ਸਰਕਾਰੀ ਨੌਕਰੀ ਕਰਨ ਵਾਲਿਆਂ ਲਈ ਰੇਲ ਮੰਤਰੀ ਵੱਲੋਂ ਅਹਿਮ ਖਬਰ ਆਈ ਹੈ ਹੁਣ ਰੇਲਵੇ ਚ ਸਾਤ ਚਾਰ ਵਾਰ ਨੌਕਰੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੇ ਜਾਣਗੇ ਇਸ ਨਾਲ ਰੇਲਵੇ ਭਾਰਤੀ ਪ੍ਰੀਖਿਆ ਦੀ ਤਿਆਰੀ ਕਰਨ ਵਾਲਿਆਂ ਨੂੰ ਵੱਡੀ ਰਾਹਤ ਮਿਲੇਗੀ ਇਸ ਦੇ ਨਾਲ ਜਨਵਰੀ ਮਾਰਚ ਵਿਚਕਾਰ ਹਰ ਸਾਲ एलएलपी ਦੀਆਂ ਖਾਲੀ ਅਸਾਮੀਆਂ ਤੇ ਭਾਰਤ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਇਸ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਰੇਲਵੇ 'ਚ ਨੌਕਰੀ ਹਾਸਲ ਕਰਨ ਦਾ ਮੌਕਾ ਮਿਲੇਗਾ ਕੁੱਲ ਮਿਲਾ ਕੇ ਹੁਣ ਤਹਾਨੂੰ ਰੇਲਵੇ 'ਚ ਨੌਕਰੀ ਲਈ ਸਾਲਾਂ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ ਰੇਲਵੇ ਨੇ ਭਾਰਤ ਨੇ ਸਾਲਾਨਾ ਕੈਲੰਡਰ ਜਾਰੀ ਕੀਤਾ ਹੈ ਜਾਰੀ ਕੈਲੰਡਰ ਦੇ ਅਨੁਸਾਰ ਰੇਲਵੇ ਭਰਤੀ ਬੋਰ ਹਰ ਸਾਲ ਜਨਵਰੀ ਤੋਂ ਮਾਰਚ ਦੇ ਵਿਚਕਾਰ ਸਹਾਇਕ ਲੋਕੋ ਪਾਇਲਟਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰੇਗਾ ਤਕਨੀਕੀ ਅਸਾਮੀਆਂ ਤੇ ਭਾਰਤੀ ਲਈ ਅਪ੍ਰੈਲ ਮਈ ਅਤੇ ਜੂਨ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ ਕਿਸਾਨਾਂ ਨੂੰ ਲੱਗ ਸਕਦਾ ਹੈ ਵੱਡਾ ਝਟਕਾ ਹੁਣ ਇਹ ਸ਼ਰਤ ਪੂਰੀ ਕਰਨ ਤੇ ਹੀ ਮਿਲਣਗੇ 2000 ਰੁਪਏ ਸਾਲ 2019 ਚ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਦੀ ਯੋਜਨਾ ਦੇ ਤਹਿਤ ਹਰ 4 ਮਹੀਨਿਆਂ ਬਾਅਦ ਇੱਕ ਸਾਲ ਵਿੱਚ ਤਿੰਨ ਵਾਰ ਮੌਸਮੀ ਖੇਤੀ ਲਈ 2000 ਰੁਪਏ ਪ੍ਰਦਾਨ ਕਰਨ ਦੀ ਇੱਕ ਖਾਚੀ ਯੋਜਨਾ ਨੂੰ ਲੈ ਕੇ ਆਈ ਹੈ ਤੇ ਮਤਲਬ ਹੈ ਕਿ ਇਸ ਮਤਲਬ ਹੈ ਇੱਕ ਕਿਸਾਨ ਨੂੰ ਇੱਕ ਸਾਲ ਵਿੱਚ ਖੇਤੀ ਲਈ 6000 ਰੁਪਏ ਮਿਲਦੇ ਨੇ ਸ਼ੁਰੂਆਤੀ ਦੌਰ ਚ ਪੰਚਾਇਤ ਪੱਧਰ ਤੇ ਬਿਨਾਂ ਕਿਸੇ ਜਾਂਚ ਦੇ ਜਲਦੀ ਜਲਦੀ ਕਿਸਾਨਾਂ ਨੂੰ ਬਿਨਾਂ ਪੱਤਰ ਲੈ ਲਿਆ ਗਿਆ ਸਕੀਮ ਸ਼ੁਰੂ ਕਰ ਦਿੱਤੀ ਗਈ ਪਰ ਹੌਲੀ ਹੌਲੀ ਪੜਤਾਲ ਸ਼ੁਰੂ ਹੋ ਗਈ ਹਾਲਾਤ ਇਹ ਬਣ ਗਏ ਹਨ ਕਿ ਸਾਬ ਗਾਇਨ ਦੇ 70000 ਕਿਸਾਨ ਐਸਕੀਮ ਤਹਿਤ ਰਜਿਸਟਰਡ ਹੋਏ ਸਨ ਪਰ ਸਿਰਫ 66753 ਕਿਸਾਨ ਹੀ ਯੋਗ ਪਾਏ ਗਏ ਜਿਨ੍ਹਾਂ ਦੇ ਖਾਤਿਆਂ ਵਿੱਚ ਇਹ ਰਕਮ ਜਾ ਰਹੀ ਹੈ ਕੇਂਦਰ ਸਰਕਾਰ ਨੇ ਜਦੋਂ ਹੋਰ ਪੜਤਾਲ ਕਰਕੇ ਅਕਾਊਂਟ ਅਤੇ ਜ਼ਮੀਨ ਦੀ ਅਪਡੇਟ ਮੰਗੀ ਤਾਂ ਗਲਤ ਕਿਸਾਨ ਸਾਹਮਣੇ ਆ ਗਏ ਜਿਨ੍ਹਾਂ ਚੋਂ 327 ਕਿਸਾਨ ਅਜੇੇ ਪਾਏ ਗਏ ਜੋ ਆਮਦਨ ਕਰਦਾਤਾ ਸਨ ਉਹਨਾਂ ਦੇ ਪੈਸੇ ਤੇ ਪਾਬੰਦੀ ਲਾ ਦਿੱਤੀ ਗਈ ਸੀ ਤਾਜ਼ਾ ਅਪਡੇਟ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਅਗਸਤ ਤੋਂ ਨਵੰਬਰ ਤੱਕ ਕੇਂਦਰ ਸਰਕਾਰ ਨੇ 15ਵੀਂ ਕਿਸ਼ਤ ਜਾਰੀ ਕੀਤੀ ਸੀ ਜਿਸ ਵਿੱਚ ਸਿਰਫ 29900 ਕਿਸਾਨਾਂ ਨੂੰ ਹੀ ਰਾਸ਼ੀ ਮਿਲੀ ਬਾਕੀ ਨੂੰ ਜੋਨਲ ਪੱਧਰ ਤੇ ਮਨਜ਼ੂਰੀ ਨਹੀਂ ਦਿੱਤੀ ਜਾ ਸਕੀ ਜਾਂ ਭੇਜੇਗੇ ਤਾਂ ਮਨਜ਼ੂਰੀ ਨਹੀਂ ਦਿੱਤੀ ਜਾ ਸਕੀ ਅੰਕੜਾ ਕੀ ਹੈ ਤਾਜ਼ਾ ਅਪਡੇਟ ਦੀ ਗੱਲ ਕਰੀਏ ਤਾਂ ਸੋਮਵਾਰ ਤੱਕ ਗੇੜੇ ਵਿੱਚ ਸਿਰਫ 4753 ਕਿਸਾਨ ਹੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਲਈ ਯੋਗ ਹਨ ਜਿਨ੍ਹਾਂ ਵਿੱਚ 35485 ਕਿਸਾਨਾਂ ਨੇ ਪ੍ਰਗਿਆ ਕੇਂਦਰ ਤੋਂ ਇਤਨੇ ਈ ਕੇਵਾਈਸੀ ਕੀਤਾ ਹੈ ਇਸ ਖੇਤਰ ਵਿੱਚ 37713 ਕਿਸਾਨਾਂ ਨੇ ਜ਼ਮੀਨ ਦੀ ਬੁਝਾਈ ਕੀਤੀ ਜਿਸ ਨੂੰ ਖੇਤਰ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ 60196 ਕਿਸਾਨ ਬੈਕਤ ਆਧਾਰ ਸੇਣੀ ਕਰਵਾਉਣ ਵਿੱਚ ਸਫਲ ਰਹੇ ਨਹੀਂ ਅਧਿਕਾਰੀ ਮੁਤਾਬਕ ਇੱਕ ਕਿਸਾਨ ਨੂੰ ਤਿੰਨਾਂ ਰਸਤਿਆਂ ਤੋਂ ਲੰਘਣਾ ਪਵੇਗਾ ਜੇਕਰ ਤੁਸੀਂ ਇੱਕ ਵੀ ਚੀਜ਼ ਵਿੱਚ ਫਸ ਗਏ ਤਾਂ ਤੁਹਾਨੂੰ ਪੈਸਾ ਨਹੀਂ ਮਿਲੇਗਾ ਪੰਜਾਬ 'ਚ ਮੁਰ ਸਸਤਾ ਹੋਇਆ ਤੇਲ ਗਲੋਬਲ ਬਾਜ਼ਾਰ ਚ ਕੱਚੇ ਤੇਲ ਦੀਆਂ ਕੀਮਤਾਂ ਚ ਬਦਲਾਅ ਦੇ ਨਾਲ-ਨਾਲ ਮੰਗਲਵਾਰ ਸਵੇਰੇ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਚ ਅਤਰਾ ਚੜਾ ਦੇਖਣ ਨੂੰ ਮਿਲ ਰਹੇ ਨੇ ਬ੍ਰੈਡ ਕਰੋੜ ਇੱਕ ਵਾਰ ਫਿਰ 80 ਡਾਲਰ ਤੇ ਜਾ ਰਿਹਾ ਹੈ ਇਸ ਦੌਰਾਨ ਕੱਲ ਨੂੰ ਐਡਾ ਵਿੱਚ ਸਰਕਾਰੀ ਤੇਲ ਕੰਪਨੀਆ ਵੱਲੋਂ ਜਾਰੀ ਪੈਟਰੋਲ ਤੇ ਡੀਜ਼ਲ ਦੀਆਂ ਪਰਚੂਨ ਕੀਮਤਾਂ ਚ ਵਾਧਾ ਹੋਇਆ ਜਦੋਂ ਕਿ ਪੰਜਾਬ ਵਿੱਚ ਇੱਕ ਵਾਰ ਫਿਰ ਤੇਲ ਸਸਤਾ ਹੋ ਗਿਆ ਹੈ ਪੰਜਾਬ ਚ ਪੈਟਰੋਲ 29 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ ਹਾਲਾਂਕਿ ਦਿੱਲੀ ਮੁੰਬਈ ਵਰਗੇ ਦੇਸ਼ ਦੇ ਚਾਰ ਮਹਾਨਗਰਾਂ ਚ ਤੇਲ ਦੀਆਂ ਕੀਮਤਾਂ ਚ ਕੋਈ ਬਦਲਾਅ ਅਰਵਿੰਦ ਕੇਜਰੀਵਾਲ ਨੂੰ ਵੱਡੀ ਰਾਹਤ ਕੋਰਟ ਨੇ 7 ਸਾਲ ਪੁਰਾਣੇ ਮਾਮਲੇ 'ਚ ਸਮਨ ਰੱਦ ਕਰਨ ਦੇ ਦਿੱਤੇ ਹੁਕਮ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ 7 ਸਾਲ ਪੁਰਾਣੇ ਮਾਮਲੇ ਵਿੱਚ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਕੋਰਟ ਨੇ ਹੇਠਲੀ ਅਦਾਲਤ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਜਾਰੀ ਸਮਨ ਨੂੰ ਰੱਦ ਕਰਨ ਦਾ ਹੁਕਮ ਦਿੱਤਾ ਹੈ ਸਾਲ ਮਾਮਲਾ 2017 ਦੇ ਗੋਆ ਚੋਣ ਪ੍ਰਚਾਰਣ ਭਾਸ਼ਣ ਨਾਲ ਜੁੜਿਆ ਹੈ ਚੋਣ ਕਮਿਸ਼ਨ ਨੇ 2017 ਵਿੱਚ ਮਾਪੂਸਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਾਜ ਕਰਾਈ ਸੀ ਇਸ ਜਿਸ ਮਾਮਲੇ ਵਿੱਚ ਹੇਠਲੀ ਅਦਾਲਤ ਨੇ ਕੇਜਰੀਵਾਲ ਖਿਲਾਫ ਸਬਨ ਜਾਰੀ ਕੀਤਾ ਸੀ ਹਾਲਾਂਕਿ ਹੁਣ ਗੋਆ ਹਾਈ ਕੋਰਟ ਨੇ ਹੇਠਲੀ ਅਦਾਲਤ ਵੱਲੋਂ ਜਾਰੀ ਸਬਨ ਨੂੰ ਰੱਦ ਕਰ ਦਿੱਤਾ ਹੈ ਤਾਂ ਦੋਸਤੋ ਇਸੇ ਨਾਲ ਹੀ ਆਪਣੀਆਂ ਸਵੇਰ ਦੀਆਂ ਖਬਰਾਂ ਖਤਮ ਹੁੰਦੀਆਂ ਨੇ ਧੰਨਵਾਦ